ਅਪਗਲ ਮੈਂ ਪਗਲ ਕਰ ਰਿਹਾ ਸੀ ਪ੍ਰਿੰਸੀਪਲਸ ਆਫ ਐਨ ਐਲ ਪੀ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਜੋ ਸਾਡੇ ਬਲੀਫਸ ਹੈਗੇ ਆ ਜੋ ਸਾਡੀਆਂ ਧਾਰਨਾਵਾਂ ਹੈਗੀਆਂ ਜੋ ਸਾਡੇ ਇਮੋਸ਼ਨਸ ਹੈਗੀਆਂ ਉਹ ਅੰਡਰਸਟੈਂਡ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ ਫਿਰ ਇਸੇ ਤਰੀਕੇ ਦੇ ਨਾਲ ਦੂਸਰੇ ਇਨਸਾਨ ਨੂੰ ਵੀ ਅੰਡਰਸਟੈਂਡ ਕਰਨਾ ਇਹਦੇ ਵਿੱਚ ਬਹੁਤ ਜ਼ਰੂਰੀ ਹੈਗੀਆਂ ਇਹਦੀਆਂ ਜਿਹੜੀਆਂ ਕਿਸ ਤਰ੍ਹਾਂ ਅਸੀਂ ਅੰਡਰਸਟੈਂਡ ਕਰ ਸਕਦੇ ਆ ਉਹਦੀਆਂ ਮੋਡੈਲਿਟੀਆਂ ਜਿਹੜੀਆਂ ਹੈਗੀਆਂ ਆ ਉਹ ਦੇਖਣੀਆਂ ਪੈਣੀਆਂ ਮੋਡੈਲਿਟੀਆਂ ਦੇ ਵਿੱਚ ਵਿਜ਼ੂਅਲ ਆ ਜਾਂਦੀਆਂ ਆਡੀਟਰੀ ਆ ਜਾਂਦੀਆਂ ਕਾਈਨੇਸਥੈਟਿਕ ਆ ਜਾਂਦੀਆਂ ਆਡੀਟ ਡਿਜੀਟਲ ਆ ਜਾਂਦੀਆਂ ਹੈਗੀਆਂ ਇਹ ਮੋਡੈਲਿਟੀਆਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਫਿਰ ਮੈਟਾ ਮਾਡਲਸ ਆ ਜਾਂਦੇ ਹੈਗੇ ਆ ਉਹਦੇ ਵਿੱਚ ਸਾਡੀਆਂ ਡਿਲੀਸ਼ਨਸ ਆ ਜਾਂਦੀਆਂ ਡਿਸਟੋਰਸ਼ਨਸ ਆ ਜਾਂਦੀਆਂ ਤੇ ਜਨਰਲਾਈਜੇਸ਼ਨ ਆ ਜਾਂਦੀ ਹੈਗੀ ਆ ਫਿਰ ਏ ਸਾਡੇ ਜਿਹੜੇ ਡਿਜ਼ਾਇਰਿੰਗ ਚੇਂਜ ਹੈਗੀ ਆ ਦੂਸਰੇ ਪਰਸਨ ਦੇ ਵਿੱਚ ਕਿ ਕਿਹੜੀ ਕਿਹੜੀ ਚੇਂਜ ਜਿਹੜੀ ਹੈ ਅਸੀਂ ਉਸ ਪਰਸਨ ਦੇ ਵਿੱਚ ਲਿਆਉਣੀ ਹੈਗੀ ਆ ਤੇ ਫਿਰ ਫਲੈਕਸੀਬਿਲਟੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਹਰ ਇਨਸਾਨ ਦੇ ਵਿੱਚ ਇਹ ਇਹ ਪ੍ਰਿੰਸੀਪਲਸ ਹੈਗੇ ਆ ਇਹਦੇ ਵਿੱਚ ਅਸੀਂ ਮਿਲਟਨ ਮਾਡਲ ਕਰਦੇ ਆ ਐਂਕਰਿੰਗ ਸਵਿਸ਼ ਮਾਡਲ ਮੈਟਾਫੋਰ ਦੇ ਲਾਈਕਸ ਦੇ ਡਿਸਲਾਈਕਸ ਇਹ ਸਾਰੇ ਜਿਹੜੇ ਟੈਕਨੀਕਸ ਹੈਗੀਆਂ ਆ ਇਹ ਅਸੀਂ ਇਹਦੇ ਵਿੱਚ ਇਸਤੇਮਾਲ ਕਰਦੇ ਹੈਗੇ ਆ ਫਿਰ ਟੈਕਨੀਕਸ ਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ এনवायरमेंट ਰੈਪੋ ਦੀ ਜਿਹੜੀ ਟਰਸਟ ਬਿਲਡਿੰਗ ਹੈਗਾ ਆ ਉਹ ਉਹ ਅਸੀਂ ਕਰਦੇ ਹੈ ਜਦੋਂ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਉਹਦੇ ਵਿੱਚ ਫਿਰ ਅਸੀਂ ਮੈਚ ਐਂਡ ਮਿਰਰ ਜਿਹੜਾ ਹੈ ਉਹ ਟੈਕਨਿਕ ਯੂਜ਼ ਕਰਦੇ ਹੈਗੇ ਆ ਮੈਚ ਐਂਡ ਮਿਰਰ ਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ ਕਿ ਜਦੋਂ ਅਸੀਂ ਦੂਸਰੇ ਨੂੰ ਮਿਲਦੇ ਹੈਗੇ ਆ ਤੇ ਅਸੀਂ ਦੇਖਦੇ ਹੈਗੇ ਆ ਕਿ ਉਹ ਉਹਦਾ ਜਿਹੜਾ ਬਾਡੀ ਲੈਂਗੁਏਜ ਹੈ ਉਹ ਕਿਸ ਤਰ੍ਹਾਂ ਦੀ ਹੈ ਸਾਨੂੰ ਵੀ ਉਸੇ ਤਰ੍ਹਾਂ ਦੇ ਨਾਲ ਮੈਚ ਕਰਨਾ ਪੈਣਾ ਆ ਜਦੋਂ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਅਸੀਂ ਉਹਦੇ ਨਾਲ ਉਸੇ ਤਰ੍ਹਾਂ ਮੈਚ ਕਰਨਾ ਹੈ ਜਿਸ ਤਰ੍ਹਾਂ ਉਹ ਬੈਠਣ ਦਾ ਉਹਦਾ ਤਰੀਕਾ ਹੈ ਜੋ ਉਹਦਾ ਦੇਖਣ ਦਾ ਤਰੀਕਾ ਹੈ ਜੋ ਉਹਦਾ ਮੂਵ ਕਰਨ ਦਾ ਤਰੀਕਾ ਹੈ ਉਹ ਸਾਰੇ ਅਸੀਂ ਮਿਰਰ ਕਰਨੇ ਆ ਕਈ ਚੀਜ਼ਾਂ ਨੂੰ ਅਸੀਂ ਮੈਚ ਕਰਨਾ ਕਈਆਂ ਨੂੰ ਅਸੀਂ ਮਿਰਰ ਕਰਨਾ ਹੈਗਾ ਆ ਔਰ ਫੇਰ ਜਿਹੜੀਆਂ ਐਨ ਐਲ ਪੀ ਦੀਆਂ ਮੋਡੈਲਿਟੀਆਂ ਹੈਗੀਆਂ ਚਾਰ ਮੋਡੈਲਿਟੀਆਂ ਹੈਗੀਆਂ ਆ ਉਹ ਦੇਖਣੀਆਂ ਆ ਕਿ ਦੂਸਰੇ ਆਦਮੀ ਦੀ ਕੀ ਮੋਡੈਲਟੀ ਹੈਗੀ ਆ ਕੀ ਉਹਦੀ ਵਿਜੂਅਲ ਮੋਡੈਲਟੀ ਆ ਕੀ ਉਸ ਦੀ ਆਡੀਟਰੀ ਮੋਡੈਲਟੀ ਆ ਕੀ ਉਹਦੀ ਆਡੀਟਰ ਆਡੀਟਰੀ ਡਿਜੀਟਲ ਹੈ ਜਾਂ ਕਾਈਨੇਸਥੈਟਿਕ ਹੈ ਉਹ ਅਸੀਂ ਉਹ ਉਹਦੇ ਮੁਤਾਬਕ ਅਸੀਂ ਫੇਰ ਗੱਲ ਕਰਨੀ ਹੈਗੀ ਆ ਜੇ ਕੋਈ ਵਿਜੂਅਲ ਵਾਲਾ ਹੈ ਉਹ ਵਿਜੂਅਲ ਵਾਂਗੂ ਗੱਲ ਕਰੇਗਾ ਤਾਂ ਉਹ ਉਹਨੂੰ ਲਾਈਕ ਕਰੇਗਾ ਜਿਹੜਾ ਆਡੀਟਰੀ ਵਾਲਾ ਹੈ ਉਹਨੂੰ ਅਸੀਂ ਅਗਰ ਔਡੀਟਰੀ ਦੀ ਗੱਲ ਕਰਾਂਗੇ ਜਿਆਦਾ ਤੇ ਉਹ ਔਡੀਟਰੀ ਵਾਲੀ ਗੱਲ ਕਰੇਗਾ ਜਿਹੜਾ ਆਡੀਟਰ ਡਿਜੀਟਲ ਹੈਗਾ ਉਹ ਸੇਮ ਹੁੰਦਾ ਆ ਕਾਈਨੇਸਥੈਟਿਕ ਵਾਲਾ ਫੀਲਿੰਗਸ ਜਿਹੜੀਆਂ ਹੈਗੀਆਂ ਆ ਉਹ ਜਿਆਦਾ ਸ਼ੋ ਕਰਦਾ ਹੈਗਾ ਆ ਫਿਰ ਅਸੀਂ ਚੰਕਿੰਗ ਕਰਨੀ ਸੈਗਮੈਂਟਸ ਤੇ ਪ੍ਰਾਇੋਰਟिज ਕਰਨੀ ਆ ਕਿ ਕਿਹੜੀ ਗੱਲ ਅਸੀਂ ਜਿਹੜੀ ਆ ਪ੍ਰਾਇੋਰਟੀ ਦੇ ਨਾਲ ਉਹਦੀ ਠੀਕ ਕਰਨੀ ਹੈਗੀ ਆ ਫਿਰ ਅਗਲੇ ਦਾ ਐਗਰੀਮੈਂਟ ਲੈਣਾ ਆ ਕਿ ਹਾਂ ਏ ਉਹਦੇ ਵਿੱਚ ਅਸੀਂ ਇਹਨੂੰ ਠੀਕ ਕਰ ਸਕਦੇ ਆ ਜਾਂ ਕਿਸ ਤਰ੍ਹਾਂ ਅਲਾਉ ਕਰਦਾ ਆ ਕਿ ਨਹੀਂ ਹੈਗਾ ਆ ਫਿਰ ਜਿਹੜੇ ਐਨ ਐਲ ਪੀ ਦੇ ਮੈਟ ਮਾਡਲਸ ਹੈਗੇ ਆ ਡਾਇਰੈਕਟ ਤੇ ਇੰਡਾਇਰੈਕਟ ਉਹਦੇ ਵਿੱਚ ਅਸੀਂ ਡੀਲੀਟ ਡਿਟੋਕ ਡਿਸਟੋਰਸ਼ਨ ਤੇ ਜਨਰਲਾਈਜ਼ ਜਿਹੜੇ ਹੈਗੇ ਆ ਉਹ ਇਸਤੇਮਾਲ ਕਰਨੇ ਹੈਗੇ ਆ ਫਿਰ ਜਿਹੜੇ ਲੋਕਾਂ ਨੂੰ ਅਸੀਂ ਅੰਡਰਸਟੈਂਡ ਕਰਨਾ ਹੈਗਾ ਆ ਉਹ ਉਹਦੇ ਵਿੱਚ ਅਸੀਂ ਬਾਡੀ ਲੈਂਗੁਏਜ ਦੇਖਣੀ ਹੈ ਟੈਕਨੀਕਸ ਦੇਖਣੀਆਂ ਹੈਗੀਆਂ ਕੋਈ ਡਿਸੈਪਟਿਵ ਤਾਂ ਨਹੀਂ ਹੈ ਇਹਦੇ ਵਿੱਚ ਓਨੈਸਟੀ ਕਿੰਨੀ ਕੁ ਹੈਗੀ ਆ ਲੀਡਰ ਟਾਈਪ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਉਹਦੇ ਵਿੱਚ ਅੰਡਰਸਟੇਪੀ ਲੋਕਾਂ ਦੇ ਵਿੱਚ ਦੇਖਣਾ ਹੈ ਫਿਰ ਪਰਸਨੈਲਿਟੀ ਐਨਾਲਿਸਿਸ ਕਰਨਾ ਹੈ ਫਿਰ ਕਈ ਤਰ੍ਹਾਂ ਦੇ ਹੈਂਡਰਾਈਟਿੰਗ ਤੋਂ ਵੀ ਅਸੀਂ ਇਸ ਤਰ੍ਹਾਂ ਜਾਣੂ ਹੋ ਸਕਦੇ ਹੈਗੇ ਆ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਦੇਖ ਸਕਦੇ ਹੈਗੇ ਆ ਇਹ ਇਨਫਲੂਐਂਸ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਹੈ ਰੀਫਰੇਮਿੰਗ ਕਰਨੀ ਹੈਗੀ ਆ ਚੇਂਜ ਕਰਨ ਦੇ ਲਈ ਉਹਦਾ ਪੈਰਾਡਾਈਮ ਹੈਗਾ ਆ ਥਾਟ ਪੈਟਰਨ ਹੈਗਾ ਆ ਉਹਨੂੰ ਚੇਂਜ ਕਰਨਾ ਹੈ ਕਿਸ ਤਰ੍ਹਾਂ ਅਸੀਂ ਚੇਂਜ ਕਰ ਸਕਦੇ ਹੈਗੇ ਆ ਫਿਰ ਸਵਿਸ਼ ਸਿਸਟਮ ਦੇ ਨਾਲ ਅਸੀਂ ਜਿਹੜਾ ਬੈਡ ਬਿਹੇਵੀਅਰ ਹੈਗਾ ਆ ਲੋ ਸੈਲਫ ਐਸਟੀਮ ਹੈਗੀ ਆ ਲੋ ਕੌਨਫੀਡੈਂਸ ਹੈਗਾ ਆ ਉਹਨੂੰ ਕਿਦਾਂ ਅਪ ਕਰ ਸਕਦੇ ਹੈਗੇ ਆ ਫਿਰ ਲਾਈਕਸ ਟੂ ਡਿਸਲਾਈਕਸ ਕਈ ਚੀਜ਼ਾਂ ਕੋਈ ਲਾਈਕ ਨਹੀਂ ਕਰਦਾ ਉਹਨੂੰ ਕਿਦਾਂ ਅਸੀਂ ਡਿਸਲਾਈਕ ਕਰਾਣੀਆਂ ਹੈ ਜਾ ਕਿਹੜੀਆਂ ਡਿਸਲਾਈਕ ਕਰਦਾ ਉਹਨੂੰ ਕਿਦਾਂ ਲਾਈਕ ਕਰਾਉਣੀ ਹੈ ਤੇ ਲਾਈਕ ਵਾਲੀਆਂ ਨੂੰ ਡਿਸਲਾਈਕ ਕਰਾਉਣੀ ਹੈ ਇਹ ਇਹ ਵੀ ਅਸੀਂ ਇਸ ਦੇ ਨਾਲ ਕਰ ਸਕਦੇ ਹੈਗੇ ਆ ਫਿਰ ਟਾਈਮ ਲਾਈਨ ਥਿਊਰੀ ਥੈਰੇਪੀ ਹੈਗੀ ਆ ਜਿਹੜੀਆਂ ਉਹਦੇ ਐਂਗਜ਼ਾਇਟੀ ਹੈਗੀ ਆ ਜਾਂ ਪਾਸਟ ਉਹਦੇ ਇਵੈਂਟਸ ਹੋਈਆਂ ਆ ਟਰੋਮਾਸ ਹੈਗੇ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹੈਗੇ ਆ ਕੋਈ ਉਹਦੀਆਂ ਵੀ ਬੈਡ ਇਮੋਸ਼ਨਸ ਹੈਗੀਆਂ ਆ ਉਹਦੀਆਂ ਕੋਈ ਜ਼ਿਆਦਾ ਲਾਈਫ ਘਟਨਾਵਾਂ ਐਸੀਆਂ ਹੋਈਆਂ ਆ ਜਿਹੜੀਆਂ ਕਿ ਉਹਦੀਆਂ बैड ਮੈਮਰੀਜ਼ ਬਣੀਆਂ ਹੈਗੀਆਂ ਆ ਕੋਈ बैड ਮੈਨਰਿਜ਼ਮਾਂ ਕਈਆਂ ਨੂੰ ਆਦਤਾਂ ਬਣੀਆਂ ਹੈਗੀਆਂ ਆ ਉਹ ਅਸੀਂ ਪੋਜ਼ਿਟਿਵ ਹੈਬਿਟਸ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੈਗੇ ਆ ਇਹ ਸਾਰੀਆਂ ਇਹਦੇ ਵਿੱਚ ਐਨ ਐਲ ਪੀ ਦੇ ਵਿੱਚ ਅਸੀਂ ਕਰ ਸਕਦੇ ਹੈਗੇ ਆ ਫਿਰ ਪਾਰਟਸ ਆਫ ਕਮਿਊਨੀਕੇਸ਼ਨ ਜਿਹੜੇ ਹੈਗੇ ਆ ਉਹ ਅਸੀਂ ਇਹਦੇ ਵਿੱਚ ਦੇਖ ਸਕਦੇ ਹੈਗੇ ਆ ਔਰ ਇਸ ਦੇ ਵਿੱਚ ਅਸੀਂ ਇਹ ਕਿਸ ਤਰ੍ਹਾਂ ਕਿਸੇ ਨਾਲ ਕਮਿਊਨੀਕੇਸ਼ਨ ਕਰਨੀ ਹੈਗੀ ਆ এনवायरमेंट ਕਿਸ ਤਰ੍ਹਾਂ ਕ੍ਰੀਏਟ ਕਰਨੀ ਹੈਗੀ ਆ ਅੰਡਰਸਟੈਂਡਿੰਗ ਕਿਦਾਂ ਕਰਨੀ ਹੈ ਟਰਸਟ ਬਿਲਡਿੰਗ ਕਿਸ ਤਰ੍ਹਾਂ ਕਰਨਾ ਹੈਗਾ ਆ ਫਿਰ ਉਹ ਟੈਕਨੀਕਸ ਜਿਹੜੀਆਂ ਹੈਗੀਆਂ ਆ ਡਿਜ਼ਾਇਰਡ ਜਿਹੜੀਆਂ ਉਹ ਕਿਸ ਤਰ੍ਹਾਂ ਉਸ ਤੇ ਅਪਲਾਈ ਕਰਨੀਆਂ ਹੈਗੀਆਂ ਤੇ ਇਸ ਤਰ੍ਹਾਂ ਅਸੀਂ ਮੈਚ ਐਂਡ ਮਿਰਰ ਮੋਡੈਲਿਟੀਆਂ ਸਵਿਸ਼ ਪੈਟਰਨ ਜਿਹੜਾ ਹੈ ਇਹ ਸਾਰੇ ਅਪਲਾਈ ਕਰਕੇ ਅਸੀਂ ਉਹ ਨਾਲ ਕਮਿਊਨੀਕੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਇਹ ਕੁਝ ਇੱਕ ਗੱਲਾਂ ਸੀ ਜਿਹੜੀਆਂ ਕਿ ਅਸੀਂ ਐਨ ਐਲ ਪੀ ਦਾ ਬੇਸਿਕ ਜਿਹੜਾ ਹੈ ਢਾਂਚਾ ਉਹ ਅਸੀਂ ਅੱਜ ਡਿਸਕਸ ਕੀਤਾ ਹੈਗਾ ਇਹਦੀਆਂ ਟੈਕਨੀਕਸ ਜਿਹੜੀਆਂ ਹੈਗੀਆਂ ਆ ਉਹ ਅਸੀਂ ਫੇਰ ਕਿਤੇ ਡਿਸਕਸ ਕਰਾਂਗੇ ਔਰ ਇਹਦੇ ਨਾਲ ਅਸੀਂ ਬਹੁਤ ਹੀ ਜ਼ਿਆਦਾ ਪਾਵਰਫੁੱਲ ਹੋ ਜਾਣੇ ਆ ਔਰ ਇਹਦੇ ਨਾਲ ਹਰ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਅਸੀਂ ਸੋਲਵ ਕਰ ਸਕਦੇ ਹੈਗੇ ਆ ਇਹਦੇ ਵਿੱਚ ਜੇ ਤੁਹਾਡਾ ਕੁਐਸਚਨ ਹੋਵੇ ਤਾਂ ਉਹ ਅਸੀਂ ਆਨਸਰ ਕਰ ਸਕਦੇ ਆ ਥੈਂਕ ਯੂ ਵੈਰੀ ਮਚ ਜੀਸਾ ਥੈਂਕ ਯੂ ਵੈਰੀ ਮਚ ਹੋਪ ਜਦੋਂ ਵੀ ਇਹ ਲਿੰਕ ਸਾਰਿਆਂ ਤੱਕ ਪਹੁੰਚੇਗਾ ਤੇ ਸਾਰੇ ਇਸ ਚੀਜ਼ ਨੂੰ ਜਿਹੜਾ ਹੈਗਾ ਮਤਵਾ ਸ਼ੇਅਰ ਕਰੋ ਕਿ ਕਿ ਇਹ ਬੌਂਡ ਜ਼ਰੂਰੀ ਟੈਕਨੀਕਸ ਹੈ ਜਿਹੜੀਆਂ ਸਾਡੇ ਦਿਮਾਗ ਨਾਲ ਜੁੜੀਆਂ ਐ ਔਰ ਜੋ ਵੀ ਡਾਕਟਰ ਸਾਹਿਬ ਨੇ ਸਾਨੂੰ ਇਹ ਸਾਰੇ ਕਿਹਜਾ ਟਾਈਪਸ ਪਾਰਟਸ ਸਭ ਕੁਝ ਦੱਸਿਆ ਹੈਗਾ ਇਹ ਬਹੁਤ ਜ਼ਰੂਰੀ ਹੈ ਇੱਕ ਵਾਰ ਜੇ ਤੁਹਾਨੂੰ ਪ੍ਰੋਪਰ ਨਹੀਂ ਵੀ ਲੱਗਦਾ ਇਹਨੂੰ ਵਾਰ-ਵਾਰ ਸੁਣਨ ਤੇ ਬਹੁਤ ਜਲਦੀ ਇਹਦੀ ਅੰਡਰਸਟੈਂਡਿੰਗ ਹੋ ਜਾਂਦੀ ਹੈਗੀ ਐ ਔਰ ਲਾਸਟ ਟਾਈਮ ਵੀ ਅੱਪਾ ਕੁਝ ਟੈਕਨੀਕਸ ਤੇ ਨਹੀਂ ਡਿਸਕਸ ਕੀਤੀਆਂ ਸੀਗੀਆਂ ਤੇ ਸਾਰੀਆਂ ਚੀਜ਼ਾਂ ਨੂੰ ਥੋੜਾ-ਥੋੜਾ ਆਪਣੀ ਲਾਈਫ ਸਟਾਈਲ ਦੇ ਵਿੱਚ ਅਗਰ ਅਸੀਂ ਚੇਂਜ ਕਰੀਏ ਤਾਂ ਬਹੁਤ ਜਲਦੀ ਜੜਾ ਫਿਰ ਐ ਸਕਦਾ ਹੈ ਤੇ ਆਪਣੇ ਜਿਹੜੇ ਤੁਹਾਡੇ ਕੁਐਸਚਨਸ ਹੈ ਅਗਰ ਤੁਸੀਂ ਦੇਰ ਬਾਅਦ ਵੀ ਦੇਖਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਵੀ ਲਿਖ ਸਕਦੇ ਹੋ ਆਪਾਂ ਡਾਕਟਰ ਸਾਹਿਬ ਨੂੰ ਨੈਕਸਟ ਸੈਸ਼ਨ ਦੇ ਵਿੱਚ ਜਿਹੜੇ ਆ ਉਹਨਾਂ ਦੇ ਅਨਸਰ ਜ਼ਰੂਰ ਲਵਾਂਗੇ ਉਹਨਾਂ ਪੇਸ਼IENTS ਦੇ ਸੋ ਥੈਂਕ ਯੂ ਕਰਦੇ ਆ ਡਾਕਟਰ ਸਾਹਿਬ ਦਾ ਥੈਂਕ ਯੂ ਰਵਪ ਸਾਹਿਬ ਸ਼ੁਕਰੀਆ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਨਾ ਹੈ ਕਿ ਅਗਰ ਆਨਲਾਈਨ ਕੋਈ ਕਿਸੇ ਦੀ ਪ੍ਰੋਬਲਮ ਹੋਵੇ ਤਾਂ ਆਪਾਂ ਆਨਲਾਈਨ ਵੀ ਇਹ ਮਤਲਬ ਕਿਸੇ ਨੂੰ ਕੋਈ ਪੁਰਾਣੀ ਪ੍ਰੋਬਲਮ ਹੈ ਉਹਨੂੰ ਅਸੀਂ ਡਿਸਕਸ ਕਰ ਸਕਦੇ ਹੈਗੇ ਆ ਆਨਲਾਈਨ ਵੀ ਤੇ ਉਹਨੂੰ ਠੀਕ ਕਰ ਸਕਦੇ ਜੇ ਕਿਸੇ ਦੇ ਪੁਰਾਣੇ ਕੋਈ ਬਹੁਤ ਵੱਡੀ ਪਿਛਲੀ ਕੋਈ ਪ੍ਰੋਬਲਮ ਹੋਵੇ ਟਰਾਮਾ ਹੈ ਜਾਂ ਕੋਈ ਅਸੀ ਵਾਰਦਾਤ ਹੈ ਜਾਂ ਘਟਨਾ ਹੈ ਜਿਹੜੀ ਉਹਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਹੋਈ ਹੋਈ ਆ ਤੇ ਉਹਨੂੰ ਅਸੀਂ ਕਲੀਅਰ ਕਰ ਸਕਦੇ ਹੈਗੇ ਆ ਸੋ ਇਹ ਆਨਲਾਈਨ ਕਰਕੇ ਹੋ ਸਕਦਾ ਜਿਹੜੇ ਪਾਰਟਿਸਪੇਟ ਕਰਨਗੇ ਇਹ ਮਤਲਬ ਬਿਨਾਂ ਆਨਲਾਈਨ ਤੋਂ ਇਹ ਨਹੀਂ ਹੋ ਸਕਦੀ ਪ੍ਰੋਬਲਮ ਹੱਲ। ਸੋ थैंक यू। थैंक यू वेरी मच जी। शुक्रिया ਤੁਹਾਡਾ। ਜੀ ਸਰ। ਜਿਵੇਂ ਨੇ ਵੀ ਪਾਰਟਿਸਪੇਟ ਕੀਤਾ। ਜੀ। ਥੈਂਕ ਯੂ ਸਰ ਅਗਰ ਕਿਸੇ ਨੇ ਆਨਲਾਈਨ ਕੰਸਲਟ ਕਰਨਾ ਹੈ ਤਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਆਨਲਾਈਨ ਕੰਸਲਟ ਕਰ ਸਕਦੇ ਹੋ ਕੋਈ ਵੀ ਕ੍ਰੋਨਿਕ ਡਿਸੀਜ਼ ਹੈ ਪੁਰਾਣੀਆਂ ਬਿਮਾਰੀਆਂ ਕੁਝ ਵੀ ਡਿਸਕਸਰ ਡਿਸਕਸ਼ਨ ਕਰਨੀ ਹੈ ਪਰਸਨਲ ਕੰਸਲਟੇਸ਼ਨ ਵੀ ਹੋ ਜਾਏਗੀ ਵੈਬিনার ਦੇ ਵਿੱਚ ਕਰਨਾ ਵੈਬিনার ਦੇ ਵਿੱਚ ਵੀ ਤੁਹਾਡਾ ਹੋ ਜਾਏਗਾ ਤੇ ਜਦੋਂ ਵੀ ਤੁਹਾਡੇ ਤੱਕ ਇਹ ਲਿੰਕ ਪਹੁੰਚਦਾ ਹੈਗਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਕੰਸਲਟ ਕਰਨਾ ਚਾਹੁੰਦੇ ਆ ਕਮੈਂਟ ਬਾਕਸ 'ਚ ਵੀ ਲਿਖ ਸਕਦੇ ਹੋ ਤੁਸੀਂ ਸਾਨੂੰ ਤੇ ਐਕਸਟਰਾ ਦਾ ਨੰਬਰ ਵੀ ਦਿੱਤੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਸਾਨੂੰ ਕਾਲ ਕਰਕੇ ਪਤਾ ਕਰ ਸਕਦੇ ਹੋ ਸੋ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਟੂ ਆਲ ਜਿਹਨਾਂ ਨੇ ਸਾਨੂੰ ਜੁਆਇਨ ਕੀਤਾ ਗਿਆ ਜਿਹੜੇ ਸਾਨੂੰ ਸੁਣਨਗੇ ਤੇ ਫਿਰ ਤੋਂ ਵਧੀਆ ਜੇ ਸੈਸ਼ਨਾਂ ਨਾਲ ਮਿਲਾਂਗੇ ਨੈਕਸਟ ਸੰਡੇ ਸੇਮ ਟਾਈਮ ਤੇ ਅਤਕਲੀ ਸੈਸ਼ਨ ਨੂੰ ਕਲੋਜ਼ ਕਰਦੇ ਆ ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ ਗੁੱਡ ਇਵਨਿੰਗ ਸਰ ਗੁੱਡ ਇਵਨਿੰਗ ਏਕ ਥੈਂਕ ਯੂ